ਵਾਹਿਗੁਰੂ ਪਾਈ ਗੁਰਦਾਸ ਜੀ ਵਾਰ 23ਵੀਂ ਪੌੜੀ 21ਵੀਂ ਨੀਚੋ ਨੀਚ ਸਦਾਵਣਾ ਗੁਰ ਉਪਦੇਸ਼ ਕਮਾਵੇ ਕੋਈ ਤਰੇ ਵਿਹਾਂ ਦੇ ਦਮ ਲੈ 1 ਰੁਪਿਆ ਖੋਚਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਚੋ ਨੀਚ ਸਦਾਵਣਾ ਗੁਰ ਉਪਦੇਸ਼ ਕਮਾਵੇ ਕੋਈ ਦੇਖੋ ਹੁਣ ਮਹਾਰਾਜ ਜੀ ਨੇ ਜਿਹੜਾ ਮਹਾਰਾਜ ਦਾ ਉਪਦੇਸ਼ ਆ ਨਾ ਭਾਈ ਗੁਰਦਾਸ ਜੀ ਕਹਿੰਦੇ ਨਿਮਰਤਾ ਦਾ ਉਪਦੇਸ਼ ਹੈ ਮਹਾਰਾਜ ਕੀ ਕਰਦੇ ਨੇ ਮਹਾਰਾਜ ਜਿਹੜਾ ਹਨ ਉਹ ਜਿਹੜਾ ਛੋਟਾ ਰੱਖਦੇ ਨੇ ਮਹਾਰਾਜ ਇਹ ਚੀਜ਼ ਨੂੰ ਕੰਸਾਈਸ ਕਰਦੇ ਨੇ ਛੋਟਾ ਕਰਦੇ ਨੇ ਉਹਦਾ ਵੈਲਿਊ ਵਧਾਉਂਦੇ ਨੇ ਹੁਣ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਬਹੁਤ ਵੱਡੀਆਂ ਹੁੰਦੀਆਂ ਨੇ ਉਹਦੀ ਵੈਲਿਊ ਬਹੁਤ ਛੋਟੀ ਹੁੰਦੀ ਹੈ ਓਕੇ ਫਾਰ ਐਗਜ਼ਾਮਪਲ ਹਾਂ ਤੁਸੀਂ 1 ਕਿਲੋ ਜਾ ਕੇ ਸੈਂ ਲੈ ਲਓ ਪਾਸ ਸਰ ਜਿਹਨੂੰ ਕਹਿੰਦੇ ਆ ਪਾਸ ਸੈਂ ਲੈ ਲਓ 1 ਕਿਲੋ ओके okay, 1 किलो ਉਹਦਾ वजन ਦੇਖੋ ਕਿੰਨਾ ਹੁੰਦਾ ਹੈ ਤੇ ਉਹਦਾ ਵੈਲਿਊ ਕਿੰਨਾ ਹੈ ਹਾਂ অলਮੋਸਟ ਨਥਿੰਗ ਹੁੰਦਾ ਸੀ ਹੁਣ ਤਾਂ ਥੋੜਾ ਬਹੁਤਾ ਹੋ ਗਿਆ ਜਿਹੜਾ ਹੋਣਾ ਸੀ ਪਰ ਤੁਸੀਂ 1 ਗ੍ਰਾਮ 골 ਲੈ ਲਓ ओके ਉਹਦੇ ਬਰਾਬਰ ਤੇ ਸੈਨ ਆਉਂਦੀ ਹੈ ਕਿੰਨੇ ਕਿਲੋ ਸੈਨ ਆਉਗੀ ਜੀ ਉਹਦੇ ਬਰਾਬਰ ਤੇ ਸੋ ਕੁਆਂਟੀਟੀ ਬਹੁਤ ਵੱਡੀ ਹੈ ਭਾਰ ਵੀ ਬਹੁਤ ਜ਼ਿਆਦਾ ਹੈ ਵੈਲਿਊ ਦੇਖੋ ਇੱਕ ਸੋਨੇ ਦਾ 1 ਗ੍ਰਾਮ ਦਾ ਵੈਲਿਊ ਤੁਸੀਂ ਉਹਨੂੰ ਚੱਕ ਕੇ ਜੇਬ ਵਿੱਚ ਪਾ ਲਓ ਕਿਤੇ ਰੱਖ ਲਓ ਉਹਦਾ ਵੈਲਿਊ ਜ਼ਿਆਦਾ ਹੈ ਜਿਹੜੀ ਅੱਡੀਆਂ-ਵੱਡੀਆਂ ਲੋਰੀਆਂ ਵਿੱਚ ਪਈ ਹੋਈ ਸਹਿੰਦਾ ਹੈ ਰਾਈਟ ਓਕੇ ਹੁਣ ਇੱਥੇ ਚੱਲੋ ਦੇਖੋ ਐਗਜ਼ਾਮਪਲ ਕਿੰਨਾ ਸੋਨਾ ਭਾਈ ਗੁਰਦਾਸ ਜੀ ਦੰਦੇ ਨੇ ਕਹਿੰਦੇ ਨੀਚੋ ਨੀਚ ਸਦਾ ਬਣਾ ਕਹਿੰਦੇ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਨੀਚਾਂ ਤੋਂ ਨੀਚ ਸਦਾ ਬਣਾ ਦੱਸਿਆ ਹੈ ਕਹਿੰਦੇ ਵੀ ਸਿੱਖ ਜਿਹੜਾ ਹੈ ਉਹ ਕਹਿੰਦਾ ਹੈ ਮੈਂ ਨੀਚੋਂ ਤੋਂ ਵੀ ਨੀਚਾ ਅਤ ਨੀਚਾ ਬਹੁਤ ਨੀਚਾ ਮੈਂ ਕਹਿੰਦੇ ਆਪਣੇ ਆਪ ਨੂੰ ਨੀਚ ਅਖਵਾਣਾ ਹੈ ਗੁਰਸਿੱਖਾਂ ਨੇ ਕਮਾਈਆਂ ਬਹੁਤ ਵੱਡੀਆਂ ਨੇ ਪਰ ਆਪਣੇ ਆਪ ਨੂੰ ਨੀਚਾ ਅਖਵਾਣਾ ਹੁਣ ਆਪਾਂ ਅਰਦਾਸ 'ਚ ਕਹਿੰਦੇ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਕਿਉਂ ਕਹਿੰਦੇ ਆ ਮਨ ਨੀਵਾ ਹੀ ਸਿੱਖਾਂ ਦਾ ਮਤ ਉੱਚੀ ਐ ਸਿੱਖਾਂ ਦੀ ਕਿਉਂ ਕਹਿੰਦੇ ਗੁਰੂ ਉਪਦੇਸ਼ ਕਮਾਵੇ ਕੋਈ ਪਰ ਇਹ ਉਪਦੇਸ਼ ਨੂੰ ਕੋਈ ਵਿਰਲਾ ਹੀ ਕਮਾਉਂਦਾ ਹੈ ਇਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ ਕਈ ਇਹ ਉਹ ਇਹਨੂੰ ਕਮਾ ਸਕਦੇ ਨੇ ਕੋਈ ਵਿਰਲੇ ਹੀ ਹੁੰਦੇ ਨੇ ਇਹਨੂੰ ਕਮਾਉਣ ਵਾਲੇ ਤੇ ਐਗਜ਼ਾਮਪਲ ਹੁੰਦੰਦੇ ਹਨ ਤ੍ਰੈਵੀਹਾਂ ਦੇ ਦਮ ਲੈ 1 ਰੁਪਇਆ ਹੁਛਾ ਹੋਈ ਭਾਈ ਗੁਰਦਾਸ ਜੀ ਕਰੰਸੀ ਲੰਦੇ ਨੇ ਆਪਾਂ ਨੂੰ ਸਮਝਾਉਣ ਵਾਸਤੇ ਤ੍ਰੈਵੀਹਾਂ ਤ੍ਰੈਵੀਹ ਉਹ ਮੈਂ 3 ਟਾਈਮਸ 20 60 ਪੈਸਿਆਂ ਦਾ 1 ਰੁਪਇਆ ਬਣਦਾ ਸੀਗਾ ਇਹ ਕਰੰਸੀ ਸੀਗੀ ਪਿਛਲੇ ਸਮਿਆਂ ਦੀ 60 ਪੈਸਿਆਂ ਦਾ 1 ਰੁਪਇਆ ਬਣਦਾ ਸੀਗਾ ਜਦੋਂ ਬ੍ਰਿਟਿਸ਼ ਟਾਈਮ ਆਇਆ ਉਦੋਂ 64 ਪੈਸਿਆਂ ਦਾ 1 ਰੁਪਇਆ ਬਣਦਾ ਸੀਗਾ ਥੇ ਮੀਨ ਵੈਲਿਊ ਡਿੱਗ ਪਿਆ ਓਕੇ ਸੋ ਕਹਿੰਦੇ 60 ਪੈਸੇ ਤੇ 1 ਰੁਪਇਆ ਬਣਦਾ ਸੀਗਾ 1 ਰੁਪਇਆ ਹੋਛਾ ਹੋਈ ਕਹਿੰਦੇ ਕਿ ਦੇਖੋ ਨਾ ਹੁਣ 60 ਪੈਸੇ ਕਿੰਨੇ ਭਾਰੇ ਹੋਣਗੇ 60 ਪੈਸੇ 60 ਪੈਸੇ ਕਿੰਨੇ ਭਾਰੇ ਹੋਣਗੇ ਉਹਦੇ ਬਦਲੇ ਤੁਹਾਨੂੰ 1 ਰੁਪਇਆ ਮਿਲਣਾ ਹੈ ਕਾਹਦਾ ਉਹ 1 ਰੁਪਇਆ ਜਿਹੜਾ ਹੁੰਦਾ ਸੀ ਨਾ ਸਿਲਵਰ ਦਾ ਹੁੰਦਾ ਸੀਗਾ ਸਿਲਵਰ ਦਾ 1 ਰੁਪਇਆ ਤੁਹਾਨੂੰ ਮਿਲਣਾ ਹੈ ਇੰਨੇ ਪੈਸੇ ਇੰਨੀ ਗੁੱਥਲੀ ਭਰ ਕੇ ਤੁਸੀਂ ਕਿਸੇ ਨੂੰ ਦੋਗੇ ਉਹ ਤੁਹਾਨੂੰ 1 ਰੁਪਇਆ ਦੇਊਗਾ ਦੇਖੋ ਵੈਲਿਊ ਸੇਮ ਇਹਦਾ ਕੁਆਂਟੀਟੀ ਵੀ ਜ਼ਿਆਦੇ ਇਹਦਾ weight ਵੀ ਜ਼ਿਆਦੇ ਪਰ ਵੈਲਿਊ ਸੇਮ ਇੱਕ ਕੋਇਨ ਦਾ ਓਕੇ ਦੇਖੋ ਨਾ ਹੁਣ ਅੱਗੇ 10 ਰੁਪਈ ਲਈਦਾ ਇੱਕ ਸੁੰਨਿਆ ਹੋਲਾ ਸੋਈ ਦੇਖੋ ਕਹਿੰਦੇ ਫੇਰ ਹੁਣ ਇਹ ਰੁਪਇਆ ਜਿਹੜਾ ਜਿਹੜਾ ਹਣ ਚਾਂਦੀ ਦਾ ਹੁੰਦਾ ਹੈ ਨਾ ਸਿਲਵਰ ਦਾ ਕਹਿੰਦੇ ਇਹਦੇ 10 ਇਕੱਠੇ ਕਰ ਲੋ 10 10 ਰੁਪਈਆ ਦਾ ਤੁਹਾਨੂੰ ਮਿਲੇਗਾ ਕੀ ਹੁਣ ਇੱਕ ਸੁਨੇਈਆ ਸੁਨੇਈਆ ਕੀ ਹੈ ਮੋਹਰ ਮੋਹਰ ਨੂੰ ਉਹ ਟਾਈਮ ਤੇ ਅੰਗਰੇਜ਼ਾਂ ਨੇ ਪਾਉਂਡ ਕਿਹਾ ਹੈ ਉਹਨੂੰ ਪਾਉਂਡ ਕਹਿੰਦੇ ਸਨ ਜਿਹੜੀ ਗੋਲ ਕਾਇਨ ਹੁੰਦੀ ਸੀ ਨਾ ਮੋਹਰ ਕਹਿੰਦੇ 10 ਰੁਪਈਆ ਦੀ ਇੱਕ ਕਾਇਨ ਮਿਲਦੀ ਸੀ ਗੋਲ ਕਾਇਨ ਮੋਹਰ ਮਿਲਦੀ ਸੀਗੀ ਸ਼ੋ ਕਹਿੰਦੇ ਦੇਖੋ ਹੁਣ 10 ਰੁਪਏ ਇਕੱਠੇ ਕਰੋ ਉਹਦੇ ਬਦਲੇ ਤੁਹਾਨੂੰ ਇੱਕ ਗੋਲ ਕੌਇਨ ਮਿਲਣੀ ਆ ਇੱਕ ਮੋਹਰ ਮਿਲਣੀ ਆ ਇੱਕ ਸਨਈਆ ਹੌਲਾ ਹੋਈ ਹੁਣ ਹੋਰ ਹੌਲਾ ਹੋ ਗਿਆ ਨਾਊ ਵੀ ਗੋ ਬੈਕ ਹਾਂ 60 ਪੈਸਿਆਂ ਦਾ 1 ਰੁਪਇਆ கரੈਕਟ ਓਕੇ ਰਾਈਟ ਹਾਂ ਹੁਣ ਕਿੰਨੇ ਪੈਸਿਆਂ ਦਾ ਇੱਕ ਗੋਲ ਕੌਇਨ ਬਣਿਆ 600 600 ਪੈਸਿਆਂ ਦਾ ਤੁਹਾਨੂੰ ਇੱਕ ਗੋਲ ਕੌਇਨ ਮਿਲਣਾ ਓਕੇ ਦੇਖੋ ਆ ਕਿੱਡਾ ਵੱਡਾ ਆ ਇੱਕੰਨਾ ਕਾ ਫੇਰ ਸਹਿਸ ਸੁਣੀਏ ਮੁੱਲ ਕਰ ਲਈਆ ਹੀਰਾ ਹਾਰ ਪਰੋਈ ਭਾਈ ਗੁਰਦਾਸ ਜੀ ਕਮਾਲ ਹੈ ਜਿਵੇਂ ਸਮਝਾਉਂਦੇ ਨੇ ਦੇਖੋ ਨਾ ਅਗਲਾ ਕਹਿੰਦੇ ਹੁਣ ਸਹਿਸ ਹਜ਼ਾਰ ਗੋਲ ਕੌਇਨਸ ਇਕੱਠੇ ਕਰ ਲੋ ਉਹਦੇ ਬਦਲੇ ਕੀ ਮਿਲੇਗਾ ਲਈਏ ਹੀਰੇ ਹੀਰਾ ਮਿਲਦਾ ਇੱਕ ਡਾਇਮੰਡ 100 ਗੋਲ ਕੌਇਨ ਦੇ ਬਦਲੇ ਤੁਹਾਨੂੰ ਇੱਕ ਹੀਰਾ ਮਿਲਣਾ ਛੋਟਾ ਜਿਹਾ 1 ਡਾਇਮੰਡ ਦਾ ਪੀਸ ਤੁਹਾਨੂੰ ਮਿਲੇਗਾ ਕਹਿੰਦੇ ਲਏ ਹੀਰੇ ਹਾਰ ਕੋਈ ਉਹਦਾ ਹਾਰ ਬਣਾ ਕੇ ਲੋਕ ਗੱਲ ਵਿੱਚ ਪਾ ਲੈਂਦੇ ਨੇ ਨਾਉ ਜਸਟ ਇਮੇਜਿਨ ਇਹ ਇੱਕ ਹੀਰੇ ਦਾ ਪੈਸਿਆਂ ਵਿੱਚ ਹਿਸਾਬ ਕਰੋ ਹੁਣ ਕਿੰਨਾ ਬਣ ਗਿਆ ਕਿੰਨੇ ਪੈਸੇ ਹੋ ਗਏ ਜੀ 600 ਦਾ ਇੱਕ 골ਡ কয়ਨ ਸੀ ਨਾ ਨਾਉ 1000 골ਡ কয়ਨ ਦਾ ਇੱਕ ਹੀਰਾ ਬਣਦਾ ਹੁਣ ਕਿੰਨਾ ਹੋ ਗਿਆ ਜੀ 600000 কয়ਨ ਦਾ ਇੱਕ ਹੀਰਾ ਹੈ ਜਿਹੜਾ ਬੰਦਾ ਆਪਣੀ ਗੱਲ ਚ ਪਾਈ ਫਰਦਾ ਛੋਟਾ ਜਿਹਾ ਜੇ ਉਹੀ ਪੈਸੇ ਤੁਸੀਂ ਰੱਖਣੇ ਹੋਣ ਬੰਦਾ ਐ ਚੱਕੀ ਫਰੂ 6000 ਹੋ ਗਿਆ ਪੈਸਿਆਂ ਨੂੰ ਕਿੰਨਾ ਛੋਟਾ ਹੋ ਗਿਆ ਓਕੇ ਦੇਖੋ ਉਹਦਾ ਵੈਲਿਊ ਵੱਧ ਗਿਆ ਉਹ ਛੋਟਾ ਹੁੰਦਾ ਜਾਂਦਾ ਹੈ ਹੀਰਾ ਬਣ ਗਿਆ ਫਿਰ ਪੈਰੀ ਪੈਪਾ ਖਾਕ ਹੋਏ ਮਨ ਬਾਜ ਕਰਮ ਧਰਮ ਪੌਖ ਹੋਈ ਦੇਖੋ ਕਹਿੰਦੇ ਗੁਰ ਸਿੱਖਾਂ ਨੂੰ ਮਹਾਰਾਜ ਨੇ ਕਿਸ ਤਰ੍ਹਾਂ ਸਿਖਾਇਆ ਹੈ ਕਹਿੰਦੇ ਦੇਖੋ ਨਾ ਮਹਾਰਾਜ ਜੀ ਕਹਿੰਦੇ ਹਨਾ ਕਹਿੰਦੇ ਦੇਖੋ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਦੇਖੋ ਗੁਰੂ ਮਹਾਰਾਜ ਨੇ ਇੱਕ ਨਾਮ ਰੂਪੀ ਹੀਰਾ ਗੁਰਸਿੱਖਾਂ ਨੂੰ ਬਖਸ਼ਿਆ ਹੈ ਡਿਗੇ ਨਾ ਡੋਲੇ ਦਿਰ ਕਰ ਰਹੇ ਹੋ ਪੂਰਨ ਹੋਏ ਤਰਪਤਾਨੇ ਦੇਖੋ ਹੁਣ ਦੇਖੋ ਮਹਾਰਾਜ ਦੇ ਇਹ ਹੀਰਾ ਨਾਮ ਦਾ ਦਿੱਤਾ ਹੈ ਤੇ ਇਹ ਹੀਰਾ ਨਾਮ ਦੇ ਨੇ ਕੀ ਕੀਤਾ ਪੈਰੀ ਪੈ ਪਾ ਖਾਕ ਹੋਏ ਗੁਰਸਿੱਖਾਂ ਨੂੰ ਜਿੰਨੂੰ ਵੀ ਇਹ ਮਿਲਿਆ ਉਹ ਪਾ ਖਾਕ ਹੋ ਗਏ ਉਹ ਧੂੜ ਬਣ ਗਏ ਜਸਟ ਲਾਈਕ ਦਾ ਪੈਸਾ ਬਿਕਮ ਦਾ ਹੀਰਾ ਦੇ ਬਿਕਮ ਸੋ ਵੈਲਿਊਅਬਲ ਥੈਟ ਦੇ ਬਿਕਮ ਦਾ ਡਸਟ ਹੁਣ ਉਹ ਡਸ ਦਾ ਵੈਲਿਊ ਕੀ ਹੈ ਉਹ ਹੀਰਿਆਂ ਵਰਗੀ ਹੈ ਯੂ ਗਾਟ ਇਟ অর ਨਾ ਹੁਣ ਉਹੀ ਡਸ ਕੋਈ ਆਮ ਬੰਦੇ ਦੇ ਪੈਰਾਂ 'ਚ ਲੱਗਦੀ ਹੈ ਉਹ ਸਿਰਫ ਇੱਕ ਡਸਟ ਹੈ ਜੇ ਇੱਕ ਗੁਰਮੁਖਾਂ ਦੇ ਪੈਰ ਦੇ ਥੱਲੇ ਲੱਗਦੀ ਹੈ ਉਹ ਹੀਰਿਆਂ ਤੋਂ ਵੱਧ ਆਉਦੀ ਕੀਮਤ ਯੂ ਗਾਟ ਇਟ অর ਨਾ ਓਕੇ ਹਾਂ ਹੁਣ ਇੱਥੋਂ ਸਾਰੀ ਜਿਹੜੀ ਕਰੰਸੀ ਦਾ ਸਿਸਟਮ ਆ ਨਾ ਆਪਾਂ ਇੱਥੋਂ ਸਮਝ ਸਕਦੇ ਹਾਂ ਕਹਿੰਦੇ ਪੈਰੀ ਪੈ ਪਾ ਖਾਕ ਹੋਏ ਮਨ ਬਚ ਕਰਮ ਮਨ ਕਰਕੇ ਬਚਨ ਕਰਕੇ ਸਪੀਚ ਕਰਕੇ ਕਰਮ ਕਰਕੇ ਤੁਹਾਡੇ ਕਰਮ ਜਿਹੜੇ ਆਪਣੇ ਡੀਡਸ ਹਨ ਆਪਣੇ ਐਕਸ਼ਨ ਹਨ ਭਰਮਪੋਖ ਹੋਈ ਉਹਨਾਂ ਨੇ ਆਪਣਾ ਭਰਮ ਤੇ ਡਰ ਇਹ ਦੋ ਚੀਜ਼ਾਂ ਗਵਾ ਦਿੱਤੀਆਂ ਉਹਨਾਂ ਦੇ ਵਿੱਚੋਂ ਇਹ ਦੋ ਚੀਜ਼ਾਂ ਨਿਕਲ ਗਈਆਂ ਭਰਮ ਵੀ ਨਿਕਲ ਗਿਆ ਡਰ ਵੀ ਨਿਕਲ ਗਿਆ ਇਹ ਦੋ ਚੀਜ਼ਾਂ ਉਹਨਾਂ ਵਿੱਚੋਂ ਨਿਕਲ ਗਈਆਂ ਕਿਉਂ ਨਿਕਲੀਆਂ ਪੈ ਰੀ ਪੈ ਪਾ ਖਾਕ ਹੋਏ ਇਫ ਯੂ ਸਟੈਂਡ ਆਊਟ ਦੈਨ ਯੂ ਨੀਡ ਟੂ ਫੀਅਰ ਕੋਈ ਤੁਹਾਨੂੰ ਮਾਰਨ ਵਾਲਾ ਉੱਠੇਗਾ ਇਫ ਯੂ ਸਟੈਂਡ ਆਊਟ ਇਫ ਯੂ ਡੋਨਟ ਸਟੈਂਡ ਆਊਟ ਯੂ ਗੋਟ ਨੋ ਵਰੀ ਯੂ ਕੈਨ ਐਕਸੈਪਟ ਇਫ ਪੀਪਲ ਕਮ ਐਂਡ ਸਟੈਪ ਔਨ ਯੂ ਯੂ ਕੈਨ ਐਕਸੈਪਟ ਨੋ ਪ੍ਰੋਬਲਮ ਪਹਿਰੀ ਪੈਪਾ ਖਾਕ ਹੋਏ ਪਾ ਖਾਕ ਇਸ ਨੈਵਰ ਅਟਰੈਕਟ ਟੂ ਐਨੀਬਾਡੀ ਦੇਖੋ ਨਾ ਸਿੱਖਾਂ ਦਾ ਜੀਵਨ ਕਿਹਦਾ ਹੋਣਾ ਚਾਹੀਦਾ ਉਹ ਕਿਸੇ ਦਾ ਟਰੈਡ ਨਹੀਂ ਬਣਦੇ ਫਿਰ ਅੱਗੇ ਕਹਿੰਦੇ ਓਏ ਪੰਚਾਇਨ ਪੰਚਮਾਰ ਬਾਹਰ ਜਾਂਦਾ ਰਖ ਸਗੋਈ ਦੇਖੋ ਹੋਏ ਪੰਚਾਇਨ ਪੰਚ ਆਇਨ ਪੰਚ ਮੀਨਸ ਜਿਹੜਾ ਹਨ ਸ੍ਰਿਸ਼ਟ ਜਿਹੜਾ ਸਭ ਤੋਂ ਉੱਤਮ ਹੈ ਆਇਨ ਕਰ ਸਭ ਤੋਂ ਉੱਚਾ ਕੋੜਾ ਪਰਮਾਤਮਾ ਪਰਮਾਤਮਾ ਦਾ ਕਰ ਪੰਚ ਆਇਨ ਉਹ ਜਿਹੜਾ ਪੰਚ ਸਭ ਤੋਂ ਉੱਤਮ ਸੁਪਰੀਮ ਹੈ ਪਰਮਾਤਮਾ ਆਇਨ ਉਹਦਾ ਕਰ ਕੀ ਆ ਸਾਧ ਸੰਗਤ ਸਾਥ ਸੰਗਤ ਵਿੱਚ ਗੁਰੂ ਨਾਨਕ ਦੇਵ ਜੀ ਸਾਥ ਸੰਗਤ ਚ ਕੌਣ ਆਇਆ ਪੰਜ ਮਾਰ ਜਿਨ੍ਹਾਂ ਨੇ ਪੰਜ ਮਾਰ ਲਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੇ ਮਾਰ ਕੇ ਬਾਹਰ ਜਾਂਦਾ ਰਖਸ ਗੋਈ ਜਾ ਬਾਹਰ ਜਾਂਦਾ ਮਨ ੜਕਦਾ ਹੀ ਮਨ ਨੂੰ ਫੜ ਕੇ ਅੰਦਰ ਬਿਠਾ ਲਿਆ ਉਹਨਾਂ ਨੇ ਉਹਨਾਂ ਨੇ ਕੰਟਰੋਲ ਕਰ ਲਿਆ ਆਪਣੇ ਮਨ ਨੂੰ ਫਿਰ ਬੋਲ ਅਮੋਲ ਸਾਧ ਜਨ ਹੋਈ ਦੇਖੋ ਕਹਿੰਦੇ ਫਿਰ ਉਹਨਾਂ ਦੇ ਬੋਲਾਂ ਦੇ ਵਿੱਚ ਅਮੋਲਕ ਹੈ ਲੋਕੀ ਬਕਵਾਸ ਕਰੀ ਜਾਣ ਭਾਵੇਂ ਦਿਨਾਂ ਦਾ ਮਹੀਨਿਆਂ ਦਾ ਸਾਲਾਂ ਦਾ ਬਕਵਾਸ ਕਰੀ ਜਾਣ ਗੁਰਮੁਖ ਦਾ ਇੱਕ ਵੀ ਬਚਨ ਕਿਹਾ ਉਹ ਵੀ ਪੂਰਾ ਹੋ ਜਾਣਾ ਉਹਨਾਂ ਨੇ ਭਾਵੇਂ ਇੱਕ ਬੰਦਾ 20 ਸਾਲ ਬੋਲੀ ਜਾਵੇ ਨਾ ਉਹਦਾ ਉਹ ਨਹੀਂ ਪੂਰਾ ਹੋਣਾ ਗੁਰਮੁਖ ਦਾ ਇੱਕ ਬਚਨ ਕਿਹਾ ਪੂਰਾ ਹੋ ਜਾਣਾ ਫੇਰ ਬੋਲ ਅਮੋਲ ਉਹਨਾਂ ਦੇ ਬੋਲ ਅਮੋਲ ਨੇ ਜਿਹੜਾ ਕੋਈ ਖਰੀਦ ਨਹੀਂ ਸਕਦਾ ਗੁਰਮੁਖ ਨੂੰ ਕੋਈ ਕਾਪਰ ਕਰਕੇ ਨਹੀਂ ਕਹਿ ਸਕਦਾ ਤੂੰ ਇਹ ਬਚਨ ਮੇਰੇ ਵਾਸਤੇ ਕਹ ਦੇ ਨਹੀਂ ਹੋ ਸਕਦਾ ਜੀ ਕੈਨ ਨੈਵਰ ਵਰਕ ਉਹ ਇਸ ਕਰਕੇ ਉਹਨਾਂ ਦੇ ਬਚਨ ਪ੍ਰਾਈਸਲੈਸ ਨੇ ਅਮੋਲ ਨੇ ਸਾਧ ਜਨ ਉਈ ਕਹਿੰਦੇ ਸਾਧ ਜਨ ਵੀ ਉਹੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਏਡਾ ਵੱਡਾ ਕਰ ਲਿਆ ਜਿਨ੍ਹਾਂ ਨੇ ਪੈਸਿਆਂ ਤੋਂ ਸ਼ੁਰੂ ਕਰਕੇ ਆਪਣੇ ਆਪ ਨੂੰ ਰੁਪਈਆ ਬਣਾ ਲਿਆ ਰੁਪਈਏ ਤੋਂ ਉਹਨਾਂ ਨੇ ਮੋਹਰ ਬਣਾ ਲਿਆ ਮੋਹਰ ਤੋਂ ਉਹਨਾਂ ਨੇ ਆਪ ਨੂੰ ਹੀਰਾ ਬਣਾ ਲਿਆ ਅਖੀਰ ਆਪਣਾ ਥਾਂ ਕਿੱਥੇ ਰੱਖਿਆ ਪੈਰਾਂ ਦੀ ਪੈ ਖਾਕ ਵਿੱਚ ਰੱਖਿਆ ਧੂੜੀ ਵਿੱਚ ਰੱਖਿਆ ਐਸੇ ਜੀਵਨ ਵਾਲੇ ਗੁਰਸਿੱਖ ਜਿਹੜੇ ਨੇ ਫੇਰ ਕੀ ਨੇ ਕਹਿੰਦੇ ਸਾਥ ਜਨ ਉਹੀ ਉਹੀ ਸਾਥ ਜਨ ਨੇ ਦੇਖੋ ਐਸੇ ਨੇ ਗੁਰਸਿੱਖ ਜਿਵੇਂ ਨਵਾਬ ਕਪੂਰ ਸਿੰਘ ਸੀਗਾ ਉਹਨੂੰ ਨਵਾਬ ਨਵਾਬੀ ਦੇਣੀ ਸੀ ਉਹ ਕਹਿੰਦਾ ਮੈਂ ਨਵਾਬੀ ਤਾਂ ਲਵਾਂਗਾ ਜੇ ਹਜੇ ਘੋੜੇ ਦੀ ਲਿੱਦ ਚੱਕਣ ਦੀ ਸੇਵਾ ਤੁਸੀਂ ਮੇਤੋਂ ਨਾ ਲਓ ਮੈਂ ਇਹ ਸੇਵਾ ਕਰਦਾ ਹੀ ਦੂੰਗਾ ਮਹਾਰਾਜਾ ਰਣਜੀਤ ਸਿੰਘ ਜੋ ਜਾਂਦੇ ਸੀ ਹਰਮੰਦਰ ਸਾਹਿਬ ਜਾ ਕੇ ਜੋੜੇ ਘਰ ਦੇ ਵਿੱਚ ਜੋੜੇ ਝਾੜਦੇ ਹੁੰਦੇ ਸੀਗੇ ਇਹ ਆ ਗੁਰਸਿੱਖ ਕਹਿੰਦੇ ਜਿਹੜਾ ਐਸਾ ਹੁੰਦਾ ਹੈ ਹੁਣ ਜਿਵੇਂ ਬਾਬਾ ਠਾਕੁਰ ਸਿੰਘ ਨੂੰ ਤਾਂ ਅਸੀਂ ਆਪ ਦੇਖਿਆ ਹੈ ਉਹਨਾਂ ਨੇ ਜਦੋਂ ਵੀ ਗੁਰਦੁਆਰੇ ਜਾਣਾ ਨਾ ਉਹਨਾਂ ਨੇ ਸ਼ਾਮ ਨੂੰ ਕਿਤੇ ਚਲੇ ਜਾਣਾ ਉਹਨਾਂ ਨੇ ਚੁੱਪ ਕਰਕੇ ਪਾਸੇ ਹੋ ਕੇ ਜਾ ਕੇ ਸੰਗਤਾਂ ਦੇ ਜੋੜੇ ਛਾੜਨ ਲੱਗ ਜਾਂਦੇ ਸੀਗੇ ਦੇਖੋ ਕਿੱਡੇ ਵੱਡੇ ਮਹਾਂਪੁਰਖ ਲੋਕ ਪੈਰਾਂ ਤੇ ਪੈਂਦੇ ਹੋ ਜਾ ਕੇ ਜੋੜੇ ਛਾੜਦੇ ਨੇ ਸੰਗਤਾਂ ਦੇ ਐਸੇ ਸੀ ਉਹਨਾਂ ਦਾ ਜੀਵਨ ਅੱਜਕੱਲ ਆਪਾਂ ਨੂੰ ਉਹ ਬੰਦੇ ਮਹਾਂਪੁਰਖ ਆਪਾਂ ਨੂੰ ਲੱਗਦੇ ਨੇ ਜਿਹੜੇ ਆਏ ਬੈਠੇ ਹੁੰਦੇ ਨੇ ਗੋਦਿਆਲਾਂ ਤੇ ਵਿਸ਼ਾਕੇ ਗਿੱਦਲੇ ਰੱਖ ਕੇ ਪਾਏ ਬੈਠੇ ਹੁੰਦੇ ਨੇ ਪਰ ਕਹਿੰਦੇ ਇਹ ਸੰਤਾ ਨਹੀਂ ਭਾਈ ਸੰਤਤਾ ਉਹ ਆ ਜਿਹੜਾ ਜੋੜੇ ਛੱਡ ਰਿਹਾ ਹੈ ਭਾਈ ਉਹ ਪਾਖਾਖ ਹੋ ਗਿਆ ਦੇਖੋ ਇਹ ਇੱਕ ਕੱਲੀ ਪੌੜੀ ਵਿੱਚ ਨਾ ਉਹਨਾਂ ਨੇ ਇੱਕ ਸੰਤ ਬਾਰੇ ਵੀ ਦੱਸ ਦਿੱਤਾ ਕਹਿੰਦੇ ਦੇਖੋ ਜਾਂ ਸਾਧ ਜਨ ਉਹੀ ਉਹੀ ਸਾਧ ਜਨ ਨੇ ਜਿਹੜੇ ਨੀਵੇਂ ਨੇ ਕਿਤੇ ਹੰਕਾਰ ਨਹੀਂ ਕਰਦੇ ਕਿਸੇ ਨੂੰ ਵੱਡਾ ਬੋਲ ਨਹੀਂ ਬੋਲਦੇ ਉਹ ਆ ਸਾਧ ਜਨ ਕਿਉਂਕਿ ਉਹਨਾਂ ਨੇ ਆਪਣਾ ਪਾਖਾਖ ਬਣਾਇਆ ਐਂ ਇਹ ਚੀਜ਼ ਨਾ ਜਿਹੜੀ ਕੋਈ ਸੌਖੀ ਨਹੀਂ ਆਉਂਦੀ ਆਪਣੇ ਵਿੱਚ ਹੈ ਹਿੰਮਤ ਕਿਸੇ ਤੋਂ ਮਾਫੀ ਮੰਗਣ ਦੀ ਆਪਾਂ ਕਿਸੇ ਅੱਗੇ ਹੱਥ ਜੁੜ ਕੇ ਕਹਿ ਸਕਦੇ ਆ ਆਪਣੇ ਛੋਟੇ ਨੂੰ ਭਾਈ ਮੈਨੂੰ ਮਾਫ਼ ਕਰ ਦੇ ਨਹੀਂ ਹੋ ਸਕਦਾ ਨਾ ਇਹ ਪਾ ਖਾਕ ਹੋਣਾ ਪੈਂਦਾ ਇਹ ਜਿਹੜੀ ਅਵਸਥਾ ਬਹੁਤ ਵੱਡੀ ਹੈ ਸੋ ਇਹਦੀ ਅਵਸਥਾ ਨੂੰ ਉਹੀ ਜਾਣਦੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਸੋ ਇੱਥੇ ਪਾਈ ਗੁਰਦਾਸ ਨੇ ਆਪਾਂ ਨੂੰ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਭਾਈ ਜਿਹੜਾ ਹੰਕਾਰ ਕਰਦਾ ਹੈ ਇਹ ਕਰਦਾ ਹੈ ਭਾਈ ਉਹ ਕਿਦੇ ਵੀ ਸੰਤ ਨਹੀਂ ਹੋ ਸਕਦਾ ਸੰਤ ਉਹ ਹੈ ਜਿਹੜਾ ਬਹੁਤ ਜਿਹੜਾ ਅੰਤ ਚਰਨਾਂ ਦੀ ਧੂੜ ਹੋਵੇਗਾ ਉਹ ਸੰਤ ਹੈ जिने अपने आम लोग को जनाया ही नहीं आजकल ता लोग संत बनके महाराज ਦੇ ਬਰਾਬਰ ਬਹਿ ਜਾਂਦੇ ਨੇ ਮਹਾਰਾਜ ਨੂੰ ਵੀ ਛੋਟਾ ਦਿਖਾ ਦਿੰਦੇ ਨੇ ਵੀ ਮੰਨੂ ਪਹਿਲਾ ਮੱਥਾ ਟੇਕੋ ਮਹਾਰਾਜ ਨੂੰ ਟੇਕੋ 나ਟਕੋ ਥੋੜੀ ਮਰਜ਼ੀ ਪਾ ਮੰਨੂ ਟੇਕ ਕੇ ਜਾਇਓ ਇਹ ਜੇ ਕਿਹੜੇ ਸੰਤ ਹੈ ਭਾਈ ਨਹੀਂ ਹੋ ਸਕਦੇ ਹਨਾ ਸੋ ਇਹ ਜਿਹੜਾ ਹਨ ਇਹ ਗੱਲ ਧਿਆਨ ਵਿੱਚ ਰੱਖਣੀ ਤੇ ਸੰਤ ਉਹੀ ਹੈ ਜਿਨੇ ਗੁਰੂ ਮਹਾਰਾਜ ਦੇ ਬਚਨਾ ਤੇ ਤੁਰੇ ਨੇ ਹਨਾ ਕਿਉਂਕਿ ਆਸਾਨ ਨੂੰ ਤਾਂ ਐਕਸਪੀਰੀਅੰਸ ਹੋਇਆ ਨਾ ਗੱਲ ਤਾਂ ਮੈਂ ਤਾਂ ਤੁਹਾਨੂੰ ਦੱਸ ਰਿਹਾ ਆ ਨੇ ਉਹ ਬਾਬਾ ਠਾਕੁਰ ਸਿੰਘ ਸੀਗੇ ਵੀ ਵਾਸ ਨਾਟ ਹੈਪੀ ਵਿਦ ਹਿਮ ਡੂਇੰਗ ਸਮਥਿੰਗ ਵਿਚ ਵੀ ਫੀਲ ਹੀ ਡਿਡ ਨਾਟ ਡਿਡ ਰਾਈਟ ਵੀ ਵਾਰ ਨੋਬਾਡੀ ਟੂ ਡਿਸਾਈਡ ਬਟ ਥੈਟ ਟਾਈਮ ਹਜੇ ਇੰਨਾ ਗਿਆਨ ਨਹੀਂ ਸੀਗਾ ਅਸੀਂ ਬਾਬਾ ਜੀ ਨੂੰ ਕਹਿ ਦਿੱਤਾ ਬਾਬਾ ਜੀ ਨੇ ਮਾਫੀ ਮੰਗੀ ਉਹ ਹੱਥ ਜੋੜ ਕੇ ਸਾਡੇ ਅਸੀਂ ਵੀ ਹੂ ਵਾਰ ਵੀ ਨਾਥਿੰਗ ਪਰ ਉਹਨੇ ਹੱਥ ਜੋੜ ਕੇ ਮਾਫੀ ਮੰਗੀ ਸਾਡੇ ਤੋਂ ਵਿਚ ਹੀ ਸ਼ੁੱਡਨਟ ਹੈਵ ਡਨ ਉਸੋ ਪਰ ਦੇਖੋ ਨਿਮਰਤਾ ਹੈ ਨਾ ਥੋੜਾ ਜਿਹਾ ਵੀ ਹੰਕਾਰ ਬੰਦੇ ਚ ਹੋਏ ਨਾ ਕੋਈ ਕਹੇ ਨਾ ਮੈਂ ਕਰ ਸਕਦਾ ਮੈਂ ਆ ਵੀ ਕੰਟਰੋਲ ਆਰਗੂਮੈਂਟਸ ਆਪਣੇ ਕਿਉਂ ਹੁੰਦੇ ਨੇ ਹੰਕਾਰ ਕਰਕੇ ਹੀ ਹੁੰਦੇ ਨੇ ਨਾ ਜੇ ਨਿਮਰਤਾ ਆ ਜਾਵੇ ਫਿਰ ਹੰਕਾਰ ਕਾਹਦਾ ਰਹਿ ਗਿਆ ਸੋ ਇਹ ਚੀਜ਼ ਹੈ ਇਹ ਗੁਣ ਹੈ ਬਹੁਤ ਵੱਡਾ ਇਹ ਭਾਈ ਗੁਰਦਾਸ ਨੇ ਨਾ ਇਹ ਅਖੇਰਲੀ ਪੌੜੀ ਜਿਹੜੀ ਲਿਖੀ ਆ ਨਾ ਇਹ ਜ ਤਈਵੀਂ ਵਾਰ ਦੀ ਇਹਦੇ ਵਿੱਚ ਉਹਨਾਂ ਨੇ ਸਾਰ ਦੱਸ ਦਿੱਤਾ ਕਿਵੇਂ ਹੁੰਦਾ ਹੈ ਸੋ ਨੀਵੇਂ ਹੋ ਜੋ ਨਿਮਰਤਾ ਲਿਆਓ ਆਪਣੇ ਜੀਵਨ ਵਿੱਚ ਸਾਰੇ ਤੁਹਾਨੂੰ ਸੁੱਖ ਮਿਲ ਜਾਣਗੇ ਸਮਝ ਗਏ ਹੋਏ ਪੰਚਾਇਨ ਪੰਜ ਮਾਰ ਬਾਹਰ ਜਾਂਦਾ ਰਖ ਸਗੋਈ ਬੋਲ ਅਮੋਲ ਸਾਦਜਨ ਓਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ